ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਜੀ ਆਇਆਂ ਨੂੰ ਜੀ 1 ਅਪ੍ਰੈਲ ਤੋਂ ਇਨ੍ਹਾਂ ਬੈਂਕਾਂ ਦੇ ਬਦਲ ਜਾਣਗੇ ਨਿਯਮ ਕਰੋੜਾਂ ਲੋਕਾਂ ਨੂੰ ਲੱਗੇਗਾ ਵੱਡਾ ਝਟਕਾ ਆਈ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਏ ਉਹ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਵੀ ਕਰ ਦਿਓ ਤੇ ਨਾਲ ਹੀ ਨਾਲ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਇਸ ਦਾ ਲਿੰਕ ਡਿਸਕ੍ਰਿਪਸ਼ਨ ਚ ਦਿੱਤਾ ਹੈ ਤੁਸੀਂ ਉੱਥੇ ਜਾ ਕੇ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਬੈਂਕ ਕੰਮ ਮਰਜ਼ਰ ਤੋਂ ਬਾਅਦ ਬਹੁਤ ਸਾਰੇ ਬੈਂਕਾਂ ਦੀ ਚੈੱਕ ਬੁੱਕ ਪਾਸ ਬੁੱਕ ਅਤੇ ਆਈਐਫਸੀ ਕੋਡ ਬਦਲਣ ਜਾ ਰਹੇ ਹਨ 1 ਅਪ੍ਰੈਲ ਤੋਂ ਦੇਸ਼ ਦੇ 7 ਬੈਂਕਾਂ ਦੇ ਗਾਹਕ ਪ੍ਰਭਾਵਿਤ ਹੋਣਗੇ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਬੈਂਕਾਂ ਦੀ ਪੁਰਾਣੀ ਚੈੱਕ ਬੁੱਕ ਅਤੇ आईएफसी कोड 1 अप्रैल 2021 ਤੋਂ ਕੰਮ ਨਹੀਂ ਕਰੇਗਾ ਫਿਰ ਆਪਣੇ ਬੈਂਕ ਨਾਲ ਆ ਸੰਪਰਕ ਕਰੋਲ ਤੇ ਆਪਣਾ ਨਵਾਂ ਕੋਡ ਲਬੋ ਤਾਂ ਜੋ ਤੁਹਾਨੂੰ ਆਨਲਾਈਨ ਦੇਣ ਦੇ ਲੈਣ ਦੇਣ ਕਰਨ ਚ ਕੋਈ ਮੁਸ਼ਕਲ ਨਾ ਮੇ ਤੁਹਾਨੂੰ ਦੱਸ ਦਈਏ ਕਿ ਦੇਨਾ ਬੈਂਕ ਵਿਜੇ ਬੈਂਕ ਕੋਪਰੇਸ਼ਨ ਬੈਂਕ ਆਂਧਰਾ ਬੈਂਕ ओरिएंटਲ ਬੈਂਕ ਆਫ ਕਮਰਸ ਯੂਨਾਈਟਿਡ ਬੈਂਕ ਐਂਡ ﺍﻟहाबाद ਬੈਂਕ ਦੇ ਗਾਹਕ ਇਸ ਤੋਂ ਪ੍ਰਭਾਵਿਤ ਹੋਣਗੇ ਇਸ ਲਈ ਜੇ ਤੁਹਾਡੇ ਕੋਲ ਇਨ੍ਹਾਂ ਸੱਤ ਬੈਂਕਾਂ ਵਿੱਚ ਕਿਸੇ ਨਾਲ ਖਾਤਾ ਹੈ ਤਾਂ ਜੋ ਜਲਦੀ ਆਪਣੀ ਬੈਂਕ ਸ਼ਾਖਾ ਤੋ ਚੈੱਕ ਕਰਵਾ ਲਓ ਤੇ ਆਪਣੇ ਨਵੇਂ ਆਫਆਈਸੀ ਕੋਡ ਦਾ ਪਤਾ ਲਗਾ ਲਓ ਜਾਨੋ ਕਿ ਕਿਹੜਾ ਬੈਂਕ ਮਿਲਾਇਆ ਗਿਆ ਹੈ ਤੁਹਾਨੂੰ ਦੱਸਦੀ ਕਿ 1 April 2020 ਨੂੰ ਸਰਕਾਰ ਨੇ ਦੇਸ਼ ਦੇ ਤਿੰਨ ਬੈਂਕ ਪੰਜਾਬ ਨੈਸ਼ਨਲ ਬੈਂਕ ओरिएंटਲ ਬੈਂਕ ਆਫ ਕਮਰਸ ਯੂਨਾਈਟਿਡ ਬੈਂਕ ਆਫ ਇੰਡੀਆ ਨੂੰ ਮਿਲਾ ਦਿੱਤਾ ਹੈ ਇਸ ਤੋਂ ਇਲਾਵਾ ਦੇਣਾ ਦੇ ਵਿਜੇ ਬੈਂਕ ਨੂੰ ਬੈਂਕ ਆਫ ਬਦੋੜਾ ਵਿੱਚ ਮਿਲਾ ਦਿੱਤਾ ਗਿਆ ਸੀ ਅਤੇ 1 April 2019 ਤੋਂ ਲਾਗੂ ਹੈ ਇਸ ਤੋਂ ਇਲਾਵਾ ਸੰਡੀਕੈਂਟ ਬੈਂਕ ਨੂੰ ਕੇਨਰਾ ਬੈਂਕ ਆਂਧਰਾ ਬੈਂਕ ਅਤੇ ਕੋਆਪਰੇਸ਼ਨ ਬੈਂਕ ਨੂੰ ਯੂਨੀਅਨ ਬੈਂਕ ਆਫ ਇੰਡੀਆ ਅਤੇ ਅਲਾਹਾਬਾਦ ਬੈਂਕ ਨੂੰ ਇੰਡੀਆ ਬੈਂਕ ਨਾਲ ਮਲਾ ਦਿੱਤਾ ਗਿਆ ਹੈ ਕੋਆਪਰੇਸ਼ਨ ਆਂਧਰਾ ਅਤੇ ਕੋਆਪਰੇਸ਼ਨ ਬੈਂਕ ਦੇ ਘਾਕਾ ਇਥੇ ਸੰਪਰਕ ਕਰਦੇ ਹਨ ਆਂਧਰਾ ਬੈਂਕ ਅਤੇ ਕੋਆਪਰੇਸ਼ਨ ਬੈਂਕ ਦੇ ਖਾਤਾਧਾਰਕ ਹੁਣ ਬੈਂਕਾਂ ਦੀ ਅਧਾਰਿਤ ਵੈੱਬਸਾਈਟ ਰਾਹੀਂ ਆਪਣੇ ਨਵੇਂ ਐਫ ਆਈ ਸੀ ਕੋਡ ਨੂੰ ਆਨਲਾਈਨ ਜਾਣ ਸਕਦੇ ਹਨ ਇਸ ਲਈ ਤੁਹਾਨੂੰ ਆਧਾਰਿਤ ਵੈਬਸਾਈਟ www.unionbankofindia.co.in ਤੇ ਜਾਣਾ ਪਵੇਗਾ ਇਸ ਤੋਂ ਬਾਅਦ ਤੁਹਾਨੂੰ ਇੱਥੇ ਐਗਿਗਨੇਸ਼ਨ ਸੈਂਟਰ ਤੇ ਕਲਿੱਕ ਕਰਨਾ ਪਵੇਗਾ ਇਸ ਤੋਂ ਬਾਅਦ ਤੁਸੀਂ ਅਪਡੇਟ ਕੀਤੇ ਐਫਆਈਜੀ ਕੋਡ ਨੂੰ ਜਾਣ ਸਕੋਗੇ ਇਸ ਤੋਂ ਇਲਾਵਾ ਗਾਹਕ ਬੈਂਕ ਦਾ ਨੰਬਰ 11800 V 82244 ਜਾਂ 1800 4251 155 ਜਾਫਿਰ 184253 55 ਤੇ ਕਾਲ ਕਰ ਸਕਦੇ ਹਾਂ ਜਾਂ ਤੁਸੀਂ ਐਸਐਮਐਸ ਰਾਹੀਂ ਜਾਣਕਾਰੀ ਭੇਜ ਸਕਦੇ ਹੋ ਇਸ ਲਈ ਤੁਹਾਨੂੰ ਐਫਆਈਜੀ ਕੋਡ ਟਾਈਪ ਕਰਕੇ 9238486 ਤੇ ਸਨੇਹਾ ਭੇਜਣਾ ਪਵੇਗਾ FIZ ਕੋਡ ਵੀ ਤਬਦੀਲੀ ਦਾ ਖਾਤਾ ਧਾਰਕਾਂ ਤੇ ਅਸਰ ਪਵੇਗਾ ਹਾਲਾਂਕਿ ਤੁਰੰਤ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਇਸ ਸਮੇਂ ਇਹਨਾਂ ਸ਼ਖਾਵਾਂ ਦੇ FIC ਕੋਡ 31 ਤਾਰੀਖ ਹੈ ਬੈਂਕ ਨੇ ਇਸ ਸੰਬੰਧੀ ਗਾਕਾ ਨੂੰ ਵੀ ਸੂਚਿਤ ਕਰ ਦਿੱਤਾ ਹੈ ਨਲਾਇਨ ਦੇਨ ਲਈ ਤੁਹਾਨੂੰ ਬੈਂਕ ਦਾ FIC ਕੋਡ ਅਰਧਾਤ ਭਾਰਤੀ ਵਿੱਤੀ ਸਿਸਟਮ ਕੋਡ ਤੇ ਬੈਂਕ ਖਾਤਾ ਨੰਬਰ ਸ਼ਾਮਿਲ ਕਰਨਾ ਪਵੇਗਾ ਭਾਰਤ ਵਿੱਚ ਬੈਂਕਾਂ ਦੀ ਕਿੰਨੀ ਬਹੁਤ ਜ਼ਿਆਦਾ ਹੈ ਤੇ ਸਥਿਤੀ ਜਿਨ੍ਹਾਂ ਸਾਰੇ ਬੈਂਕ ਦੀਆਂ ਸ਼ਖਾਵਾਂ ਨੂੰ ਯਾਦ ਕੀਤਾ ਜਾਂਦੀਆਂ ਨੇ ਉਸ ਸਮੇਂ MICR ਕੋਡ ਮੈਨਿੰਗ ਇੱਕ ਆਖਰੀ ਪਛਾਣ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ